ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋਡ ਮੋਕੋ ਤਾਰ ਲੇ ਰਾਮਾ ਤਾਰ ਲੇ ਮੈਂ ਅਜਾਨ ਜਨ ਤਰਬੀਨਾ ਜਾਨੋ ਬਾਪ ਬੀਠੋਲਾ ਬਾਹ ਦੇ ਰਹਾ ਨਰਤੇ ਸੁਰ ਹੋਏ ਜਾਤ ਨਿਮਖ ਮੈਂ ਸਤਗੁਰ ਬੁੱਧ ਸਿਖਲਾਈ ਨਰਤੇ ਉਪਜ ਸੁਰਗ ਕੋ ਜੀਤੇਓ ਸੋ ਅਵ ਖਦਮ ਮੈਂ ਪਾਈ ਜਹਾਂ ਜਹਾਂ ਤੂ ਨਾਰਦ ਟੇਕੇ ਨੈ ਕਟਕਾਵ ਹੋਮੋਹ ਤੇਰੇ ਨਾਮ ਅਵਿਲੰਭ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤਿ ਗੁਰੂ ਰੂਪ ਗੁਰੂ ਪਿਆਰੀ ਸਾਗਤ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੀ ਕਿਰਪਾ ਸਦਕਾ ਭਗਤ ਨਾਮਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ ਗੁਰੂ ਪਿਆਰਿਓ ਅੱਜ ਅਸੀਂ ਇਸ ਦੀ ਵਿਚਾਰ ਕਰਨੀ ਹੈ ਗੁਰੂ ਪਿਆਰੀ ਸਾ ਸੰਗਤ ਜੀ ਪਿਆਰ ਸਹਿ ਤਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਸ਼ਬਦ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 873 ਤੇ ਰਾਗ ਗੋਂਡ ਵਿੱਚ ਬਿਰ ਸੁਭਾ ਇਮਾਨ ਹੈ ਭਗਤ ਨਾਮਦੇਵ ਜੀ ਇਸ ਵਿੱਚ ਕਹਿੰਦੇ ਨੇ ਗੋੰਡ ਰਾਗ ਦਾ ਨਾਮ ਹੈ ਗੁਰੂ ਪਿਆਰਿਓ ਮੌਕਾ ਉਤਾਰ ਲੈ ਰਾਮਾ ਤਾਰ ਲੈ ਗੁਰੂ ਪਿਆਰੀ ਸਾਹ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 15 ਭਗਤ ਹੋਏ ਨੇ ਇਹਨਾਂ ਭਗਤਾਂ ਤੋਂ ਇਲਾਵਾ ਇਹ ਤੇ ਬਾਣੀਕਾਰ ਭਗਤ ਨੇ ਗੁਰੂ ਪਿਆਰਿਓ 15 ਇਹਨਾਂ ਤੋਂ ਇਲਾਵਾ ਹੋਰ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪౌਰਾਣਿਕ ਅਤੇ ਹੋਰ ਕਈ ਭਗਤਾਂ ਦਾ ਜ਼ਿਕਰ ਕੀਤਾ ਗਿਆ ਹੈ ਗੁਰੂ ਪਿਆਰੀ ਸਾ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਇੱਥੇ ਭਗਤ ਨਾਮਦੇਵ ਜੀ ਨੇ ਆਪਣੇ ਇਸ ਸ਼ਬਦ ਦੇ ਅੰਦਰ ਦੋ ਪૌਰਾਣਿਕ ਭਗਤਾਂ ਦਾ ਵੀ ਜ਼ਿਕਰ ਕੀਤਾ ਹੈ ਭਗਤ ਤਰੂ ਅਤੇ ਭਗਤ ਨਾਰਦ ਜੀ ਗੁਰੂ ਪਿਆਰੇ ਭਗਤ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਨੇ ਮੋਕਾ ਉਤਾਰ ਲੇ ਇੱਥੇ ਜਿਹੜਾ ਗੁਰੂ ਪਿਆਰੀ ਸਾ ਸੰਗਤ ਜੀ ਭਗਤ ਨਾਮਦੇਵ ਜੀ ਆਂਦੇ ਨੇ ਮੈਨੂੰ ਤਾਰ ਲਓ ਰਾਮਾ ਤਾਰਲੇ ਇੱਥੇ ਰਾਮਾ ਦਾ ਅਰਥ ਦਸ਼ਰਤ ਦਾ ਪੁੱਤਰ ਰਾਮ ਨਹੀਂ ਗੁਰੂ ਪਿਆਰਿਓ ਅਵਤਾਰ ਰਾਮ ਦੀ ਗੱਲ ਨਹੀਂ ਕੀਤੀ ਗਈ ਇੱਥੇ ਅਸਲ ਵਿੱਚ ਘਾਟ ਘਾਟ ਵਿੱਚ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਉਸ ਦੀ ਗੱਲ ਕੀਤੀ ਗਈ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਅੰਦਰ ਗੁਰੂ ਪਿਆਰੀ ਸਾਧ ਸੰਗਤ ਜੀ ਦੋ ਨਾਮ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਵਰਤੇ ਨੇ ਇੱਕ ਬੀਠੂਲ ਤੇ ਇੱਕ ਰਾਮ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਨੂੰ ਇਸ ਸੰਸਾਰ ਸਾਗਰ ਤੋਂ ਤਾਰ ਲੈ ਪਰਮਾਤਮਾ ਪ੍ਰਭੂ ਮੈਂ ਅਜਾਨ ਜਨ ਤਰਬੋ ਨਾ ਜਾਣੋ ਬਾਪ ਬੀਠੂਲਾ ਬਾਹ ਦੇ ਭਗਤ ਨਾਮਦੇਵ ਜੀ ਕਹਿੰਦੇ ਨੇ ਅਜਾਨ ਮੈਂ ਅਜਾਨ ਹਾਂ ਭਾਵ ਮੈਨੂੰ ਕੋਈ ਜਾਣਕਾਰੀ ਨਹੀਂ ਕਿ ਕਿਵੇਂ ਇਸ ਭਵ ਸਾਗਰ ਤੋਂ ਤਰੀਦਾ ਹੈ ਕਿਵੇਂ ਇਸ ਠਾਠਾ ਮਾਰਦੇ ਸਮੁੰਦਰ ਚੋਂ ਸੰਸਾਰ ਰੂਪ ਸਮੁੰਦਰ ਚੋਂ ਬਾਹਰ ਨਿਕਲੀਦਾ ਹੈ ਮੈਂ ਜਾਣਦਾ ਨਹੀਂ ਇਹ ਮੇਰੇ ਪਿਤਾ ਪਰਮਾਤਮਾ ਵਾਹਿਗੁਰੂ ਪ੍ਰਭੂ ਬੀਠੁਲਾ ਮੈਨੂੰ ਆਪਣੀ ਬਾਹ ਦੇ ਕੇ ਇਸ ਸੰਸਾਰ ਸਾਗਰ ਦੇ ਵਿੱਚੋਂ ਕੱਢ ਲੈ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਬੰਦਾ ਆਖੇ ਮੈਂ ਆਪਣੀ ਚਪਰਾਈ ਦੇ ਨਾਲ ਇੱਥੋਂ ਨਿਕਲ ਜਾਵਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਸਹ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਈ ਜੇ ਤੂੰ ਆਪਣੀ ਸਿਆਣਪ ਵਰਤੇਗਾ ਨਾ ਤੂੰ ਫਿਰ ਇਸ ਸੰਸਾਰ ਸਾਗਰ ਤੋਂ ਕਦੀ ਵੀ ਪਾਰ ਨਹੀਂ ਹੋ ਸਕਦਾ ਕਿਉਂਕਿ ਉਸ ਰੱਬ ਦੇ ਕੋਲ ਕੋਈ ਸਿਆਣਪ ਕੰਮ ਨਹੀਂ ਕਰਦੀ ਉਸ ਰੱਬ ਦੇ ਕੋਲ ਕੇਵਲ ਨਾਮ ਹੀ ਪਹੁੰਚਾ ਸਕਦਾ ਹੈ ਕੋਈ ਸਿਆਣਪ ਦੇ ਨੂੰ ਰੱਬ ਦੇ ਕੋਲ ਨਹੀਂ ਪਹੁੰਚਾ ਸਕਦੀ ਸੋ ਗੁਰੂ ਪਿਆਰਿਓ ਪਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਅਸਲ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਰੱਬ ਦਾ ਰਾਹ ਹੈ ਨਾ ਉਹ ਅਸਲ ਵਿੱਚ ਆਪਣੀ ਚਤਰਾਈ ਨਾਲ ਨਹੀਂ ਆਪਣੀ ਚਤਰਾਈ ਛੱਡ ਕੇ ਗੁਰੂ ਦੀ ਮਾਤ ਉਧਾਰਨ ਕਰਨੀ ਪੈਂਦੀ ਹੈ ਭਗਤ ਨਾਮਦੇਵ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਪ੍ਰਭੂ ਜੀ ਮੇਰੀ ਕੋਈ ਚੁਤਰਾਈ ਕੰਮ ਨਹੀਂ ਕਰਦੀ ਮੈਂ ਤੇਰੇ ਰਾਹ ਬੜੇ ਕੁਝ ਵੀ ਨਹੀਂ ਜਾਣਦਾ ਕਿ ਕਿਵੇਂ ਇਸ ਸੰਸਾਰ ਸਾਗਰ ਤੋਂ ਤਰੀਦਾ ਹੈ ਕਿਰਪਾ ਕਰਕੇ ਮੈਨੂੰ ਤਾਰ ਲੈ ਰਹਾਓ ਇੱਥੇ ਭਗਤ ਨਾਮਦੇਵ ਜੀ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ हे ਮਨੁੱਖ ਤੂੰ ਇਹ ਗੱਲ ਸਮਝ ਲੈ ਕਿ ਇਹ ਜਿਹੜਾ ਤੇਰਾ ਜਨਮ ਹੈ ਇਹ ਆਕਾਲ ਪੁਰਖ ਦੀ ਕਿਰਪਾ ਤੋਂ ਬਿਨਾ ਨਹੀਂ ਤਰ ਸਕਦਾ ਗੁਰੂ ਪਿਆਰੀ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਇੱਥੇ ਸਿੱਧੀਆਂ ਗੱਲਾਂ ਰੱਬ ਨਾਲ ਕਰ ਰਹੇ ਨੇ ਵੇਖੋ ਜੇ ਧਿਆਨ ਨਾਲ ਵੇਖੀਏ ਨਾ ਸ਼ਬਦ ਨੂੰ ਸਿੱਧਾ-ਸਿੱਧਾ ਰੱਬ ਨੂੰ ਕਹਿ ਰਹੇ ਨੇ ਕਿ ਰੱਬਾ ਮੈਨੂੰ ਤਾਰ ਲੈ ਮੈਂ ਤੇਰੇ ਬਾਰੇ ਕੁਝ ਨਹੀਂ ਜਾਣਦਾ ਕਿਵੇਂ ਤਰੀਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਕੈਸੀ ਉੱਚ ਅਵਸਥਾ ਹੋਵੇਗੀ ਜਿਸ ਨੂੰ ਅਸੀਂ ਵੀ ਬਿਆਨ ਨਹੀਂ ਕਰ ਸਕਦੇ ਗੁਰੂ ਪਿਆਰੀ ਸਾਧ ਸੰਗਤ ਜੀ ਦੁਨੀਆਂ ਦਾ ਕੋਈ ਬੰਦਾ ਉਹਨਾਂ ਦੀ ਅਵਸਥਾ ਨੂੰ ਬਿਆਨ ਨਹੀਂ ਕਰ ਸਕਦਾ ਕੇਵਲ ਉਹੀ ਬਿਆਨ ਕਰ ਸਕਦਾ ਹੈ ਇਸ ਅਵਸਥਾ ਨੂੰ ਬਿਆਨ ਕੋਈ ਵੀ ਨਹੀਂ ਕਰ ਸਕਦਾ ਕੇਵਲ ਜਾਣਦਾ ਉਹੀ ਹੈ ਜਿਨੇ ਆਪ ਰੱਬ ਦੀ ਭਗਤੀ ਕੀਤੀ ਹੋਵੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਗੇ ਭਗਤ ਨਾਮਦੇਵ ਜੀ ਕਹਿੰਦੇ ਨੇ ਨਰਤੇ ਸੁਰ ਹੋਏ ਸੁਰ ਦਾ ਅਰਥ ਹੈ ਦੇਵਤਾ ਨਰ ਦਾ ਅਰਥ ਹੈ ਮਨੁੱਖ ਗੁਰੂ ਪਿਆਰੀ ਸਾਧ ਸੰਗਤ ਜੀ ਨਰਤੇ ਸੁਰ ਹੋਏ ਮਨੁੱਖ ਤੋਂ ਦੇਵਤਾ ਹੋ ਜਾਂਦਾ ਹੈ जात निमਖ ਮੈਂ ਸਤਗੁਰ ਬੁੱਧ ਸਿਖਲਾਈ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਭਗਤ ਜੀ ਕਹਿੰਦੇ ਨੇ ਕਿ ਭਾਈ ਏ ਅਕਾਲ ਪੁਰਖ ਵਾਹਿਗੁਰੂ ਤੇਰੀ ਕਿਰਪਾ ਦੇ ਨਾਲ ਜਿਹੜਾ ਮਨੁੱਖ ਹੈ ਉਹ ਇੱਕ ਨਿਮਖ ਦੇ ਵਿੱਚ ਦੇਵਤਾ ਬਣ ਜਾਂਦਾ ਹੈ ਸਤਗੁਰ ਬੁੱਧ ਸਿਖਲਾਈ ਇਹ ਸਤਗੁਰੂ ਨੇ ਸੱਚੇ ਗੁਰੂ ਨੇ ਮੈਨੂੰ ਬੁੱਧ ਦਿੱਤੀ ਹੈ ਮੈਨੂੰ ਸਮਝ ਬਖਸ਼ੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਇਸ ਪੰਕਤੀ ਦੇ ਦੂਜੇ ਅਰਥ ਇਹ ਨੇ ਨਰਤੇ ਸੁਰ ਹੋਏ ਜਾਤ ਨਿਮਖਮੈ ਸਤਗੁਰ ਬੁੱਧ ਸਿਖਲਾਈ ਭਗਤ ਜੀ ਕਹਿੰਦੇ ਨੇ ਸਤਗੁਰੂ ਨੇ ਮੈਨੂੰ ਸਮਝ ਦਿੱਤੀ ਹੈ ਇਸੇ ਸਮਝ ਦੇ ਕਾਰਨ ਮੈਨੂੰ ਸਮਝ ਲੱਗ ਗਈ ਹੈ ਕਿ ਜਿਹੜਾ ਤੇਰੀ ਬਰਕਤ ਦੇ ਨਾਲ ਜਿਹੜਾ ਮਨੁੱਖ ਹੈ ਉਹ ਦੇਵਤਾ ਬਣ ਜਾਂਦਾ ਹੈ ਸਤਗੁਰੂ ਦੀ ਦਿੱਤੀ ਬੁੱਧ ਦੁਆਰਾ ਦੂਜੇ ਅਰਥੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਕੇ ਸੱਚੇ ਗੁਰੂ ਦੀ ਦਿੱਤੀ ਬੁੱਧ ਦੁਆਰਾ ਮਨੁੱਖ ਜਿਹੜਾ ਹੈ ਉਹ ਦੇਵਤਾ ਬਣ ਜਾਂਦਾ ਹੈ ਇੱਕ ਨਿਮਖ ਦੇ ਵਿੱਚ ਜੇ ਸੱਚਾ ਗੁਰੂ ਬਖਸ਼ਿਸ਼ ਕਰ ਦੇਵੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲੇ ਅਰਥ ਤੇ ਦੂਜੇ ਅਰਥ ਕਿਉਂਕਿ ਅਰਥਾਂ ਦਾ ਕੋਈ ਦਾਵਾ ਨਹੀਂ ਕਰ ਸਕਦਾ ਗੁਰਬਾਣੀ ਦੇ ਆ ਪਰ ਅਰਥਾਂ ਦਾ ਅਨਰਥ ਵੀ ਨਹੀਂ ਕਰਨਾ ਚਾਹੀਦਾ ਸੋ ਗੁਰੂ ਪਿਆਰੀ ਸਾ社 ਸੰਗ ਜੀ ਇਹ ਦੋਵੇਂ ਅਰਥ ਬਿਲਕੁਲ ਗੁਰਮਤ ਦੇ ਅਨੁਸਾਰ ਠੀਕ ਠੋਕਦੇ ਨੇ ਕੋਈ ਦਾਵਾ ਨਹੀਂ ਕਰ ਸਕਦਾ ਗੁਰੂ ਪਿਆਰੀ ਸਾ社 ਸੰਗ ਜੀ ਅਰਥਾਂ ਦਾ ਅੰਤਰੀ ਅਰਥ ਗੁਰੂ ਸਾਹਿਬ ਆਪ ਜਾਣਦੇ ਨੇ ਕਿਉਂਕਿ ਅਸੀਂ ਕੇਵਲ ਗੁਰੂ ਦੀ ਬਖਸ਼ੀ ਬੋਧ ਅਨੁਸਾਰ ਹੀ ਅਰਥ ਕਰ ਸਕਦੇ ਹਾਂ ਅੱਗੇ ਕਹਿੰਦੇ ਨੇ ਨਰਤੇ ਉਪਜ ਸੁਰਗ ਕੋ ਜੀਤੇਓ ਸੋ ਆਵ ਖਦਮਾ ਪਾਈ ਮਹਾਰਾਜ ਜੀ ਕਹਿੰਦੇ ਨੇ ਪਗਤ ਨਾਮਦੇਵ ਜੀ ਕੇ ਨਰਤੀ ਉਪਜ ਕੇ ਮੈਂ ਮਨੁੱਖ ਤੋਂ ਕੇ ਮੈਂ ਮਨੁੱਖ ਦੇ ਜੂਨ ਵਿੱਚ ਮਨੁੱਖ ਮਨੁੱਖਾ ਜਨਮ ਮਿਲਿਆ ਹੈ ਮੈਨੂੰ ਸੁਰਗ ਕਉ ਜੀਤਿਓ ਤੇ ਮੈਂ ਸਵਰਗਾਂ ਨੂੰ ਜੀਤ ਲਿਆ ਹੈ ਭਾਵ ਸਵਰਗ ਦੀ ਕੋਈ ਲਾਲਸਾ ਮਨ ਦੇ ਵਿੱਚ ਨਹੀਂ ਰਹੀ ਆਉ ਖਦ ਮੈਂ ਪਾਈ ਤੇ ਤੇਰੀ ਕਿਰਪਾ ਸਦਕਾ ਆਕਾਲ ਪੁਰਖ ਸੱਚੇ ਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਮੈਂ ਇਹ ਦਵਾਈ ਪਾ ਲਈ ਹੈ ਨਾਮ ਰੂਪ ਅਵਖਦ ਨਾਮ ਰੂਪ ਦਵਾਈ ਪਾ ਲਈ ਹੈ ਜਿਸ ਦੇ ਨਾਲ ਮੈਂ ਸਵਰਗ ਨੂੰ ਜਿੱਤ ਲਿਆ ਹੈ ਮਨੁੱਖਾ ਜਨਮ ਦੇ ਵਿੱਚ ਅੱਗੇ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾਵ ਹਮੋਹਿ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾਵ ਹਮੋਹਿ ਭਗਤ ਨਾਮਦੇਵ ਜੀ ਕਹਿੰਦੇ ਨੇ ਜਿੱਥੇ ਜਿੱਥੇ ਜਿਹੜੀ ਅਵਸਥਾ ਦੇ ਵਿੱਚ ਪਗਤ ਤਰੂ ਜੀ ਟਿਕੇ ਹੋਏ ਨੇ ਮੈਨੂੰ ਵੀ ਉਸ ਅਵਸਥਾ ਤੇ ਟਿਕਾ ਦਿਓ ਨੈਗ ਅਰਥ ਹੈ ਮੈਨੂੰ ਉਸ ਉਸ ਅਵਸਥਾ ਤੇ ਟਿਕਾ ਦਿਓ ਗੁਰੂ ਪਿਆਰੇ ਸਾਹਾ ਸੰਗ ਜੀ ਪਗਤ ਤਰੂ ਜੀ ਜਿਹੜੇ ਨੇ ਗੁਰੂ ਪਿਆਰੇ ਉਹ ਰਾਜੇ ਦੇ ਪੁੱਤਰ ਸਨ ਜਦੋਂ ਆਪਣੇ ਰਾਜੇ ਦੀ ਆਪਣੇ ਪਿਤਾ ਦੀ ਗੋਦੀ ਵਿੱਚ ਬੈਠੇ ਸਨ ਉਹਨਾਂ ਦੀ ਮਤਰਾਈ ਮਾਂ ਨੇ ਉਹਨਾਂ ਨੂੰ ਖਿੱਚ ਕੇ ਬਾਹਰ ਕੱਢ ਦਿੱਤਾ ਸੀ ਉਹ ਆਪਣੀ ਸਗੀ ਮਾ ਦੇ ਕੋਲ ਗਏ ਗੁਰੂ ਪਿਆਰੀ ਸਾਹਾ ਸੰਗਤ ਜੀ ਤੇ ਮਾਂ ਨੂੰ ਪੁੱਛਿਆ ਕਿ ਤੁਸੀਂ ਇਸ ਮਹਿਲ ਦੀ ਦਾਸੀ ਹੋ ਜਾਂ ਰਾਣੀ ਹੋ ਮਾਂ ਨੇ ਉੱਤਰ ਦਿੱਤਾ ਪੁੱਤਰ ਮੈਂ ਰਾਣੀ ਹਾਂ ਤੇ ਆਪਣੇ ਨਾਲ ਬੀਤੀ ਘਟਨਾ ਭਗਤ ਤਰੂ ਜੀ ਨੇ ਦੱਸੀ ਸੀ ਗੁਰੂ ਪਿਆਰੀ ਸਾਹਾ ਸੰਗਤ ਜੀ ਫਿਰ ਤਰੂ ਜਿਹੜਾ ਸੀ ਉਸ ਦੀ ਮਾਤਾ ਜੀ ਨੇ ਆਖਿਆ ਸੀ ਕਿ ਬੇਟਾ ਤੈਨੂੰ ਇਸ ਕਰਕੇ ਕੱਢ ਦਿੱਤਾ ਕਿਉਂਕਿ ਮੈਂ ਰੱਬ ਦੀ ਭਗਤੀ ਨਹੀਂ ਕੀਤੀ ਜਦੋਂ ਤੂੰ ਤੇਰਾ ਜੇ ਜਨਮ ਇੰਦੈਸੀ ਹੋਇਆ ਮੈਂ ਉਦੋਂ ਰੱਬ ਦੀ ਭਗਤੀ ਨਹੀਂ ਕੀਤੀ ਇਸ ਕਰਕੇ ਤੈਨੂੰ ਇਹ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਤੇਰੇ ਰਾਜ ਦਾ ਤੇ ਭਗਤ ਧਰੂ ਜੀ ਨੇ ਪੁੱਛਿਆ ਹੀ ਕਿ ਹੁਣ ਮੈਨੂੰ ਕੀ ਕਰਨਾ ਪਵੇਗਾ ਤੇ ਉਸ ਦੀ ਮਾਤਾ ਜੀ ਨੇ ਆਖਿਆ ਤੈਨੂੰ ਆਪਣੇ ਪਿਤਾ ਦਾ ਰਾਜ ਚਾਹੀਦਾ ਹੈ ਜਿਹੜਾ ਕੁਝ ਸਮੇਂ ਬਾਅਦ ਚੱਲਿਆ ਜਾਵੇ ਕਾ ਕੇ ਜਾਂ ਫਿਰ ਤੈਨੂੰ ਅਚਲ ਰਾਜ ਚਾਹੀਦਾ ਹੈ ਜਿਹੜਾ ਕਦੀ ਨਹੀਂ ਖਤਮ ਹੋਣਾ ਉਹ ਕਹਿੰਦਾ ਮੈਨੂੰ ਤੇ ਉਹ ਰਾਜ ਚਾਹੀਦਾ ਜਿਹੜਾ ਕਦੀ ਨਹੀਂ ਖਤਮ ਹੋਣਾ ਤੇ ਫਿਰ ਉਹਨਾਂ ਦੀ ਮਾਤਾ ਜੀ ਨੇ ਆਖਿਆ ਹੀ ਆਖਿਆ ਸੀ ਕਿ ਤੂੰ ਭਗਤੀ ਕਰ ਜਾ ਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਮਾਤਮਾ ਦੀ ਪ੍ਰਭੂ ਦੀ ਭਗਤੀ ਕਰ ਤੈਨੂੰ ਅਜਿਹਾ ਰਾਜ ਮਿਲੇਗਾ ਜਿਹੜਾ ਰਾਜ ਕਦੀ ਵੀ ਦਰਦ ਤੋਂ ਖੁਸ਼ਿਆ ਨਹੀਂ ਜਾਵੇਗਾ ਤੂੰ ਅਚਲ ਰਾਜ ਦਾ ਮਾਲਕ ਹੋ ਜਾਵੇਂਗਾ ਏਡੀ ਉੱਚੀ ਅਵਸਥਾ ਤੇਰੀ ਹੋ ਜਾਵੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਤੋਂ ਬਾਅਦ ਭਗਤ ਤਰੂ ਜੀ ਭਗਤੀ ਕਰਨ ਲੱਗੇ ਆ ਤੇ ਰੱਬ ਨੂੰ ਪਾਇਆ ਹੈ ਸੋ ਜੇਸ ਅਵਸਥਾ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਭਗਤ ਤਰੂ ਜੀ ਪਹੁੰਚੇ ਨੇ ਨਾ ਭਗਤੀ ਕਰਕੇ ਉਸ ਅਵਸਥਾ ਤੇ ਮੈਨੂੰ ਵੀ ਲੈ ਜਾਓ ਅਕਾਲ ਪੁਰਖ ਜੀ ਸੋ ਅੱਗੇ ਭਗਤ ਨਾਰਦ ਜੀ ਦਾ ਜਿਹੜਾ ਹੈ ਉਹ ਜ਼ਿਕਰ ਕੀਤਾ ਹੈ ਭਗਤ ਨਾਮਦੇਵ ਜੀ ਨੇ ਕਿ ਭਗਤ ਨਾਰਦ ਜੀ ਅਤੇ ਭਗਤ ਰੂੜੀ ਜਿਸ ਪਦਵੀ ਉੱਤੇ ਪਹੁੰਚੇ ਨੇ ਭਗਤ ਨਾਰਦ ਜੀ ਵੀ ਇੱਕ ઋષਿ ਹੋਏ ਨੇ ਗੁਰੂ ਪਿਆਰੇਓ ਨਾਰਦ ਦੇ ઋષਿ ਹੋਏ ਨੇ ਉਹਨਾਂ ਨੇ ਵੀ ਬੜੀ ਭਗਤੀ ਕੀਤੀ ਹੈ ਅਕਾਲ ਪੁਰਖ ਪਰਮਾਤਮਾ ਦੀ ਸੋ ਇਸ ਕਰਕੇ ਭਗਤ ਨਾਮਦੇਵ ਜੀ ਇਹਨਾਂ ਦੋਵਾਂ ਭਗਤਾਂ ਦੀਆਂ ਨਾਮ ਲੈ ਕੇ ਕਹਿੰਦੇ ਨੇ ਹੈ ਅਕਾਲ ਪੁਰਖ ਮੈਨੂੰ ਵੀ ਇਹਨਾਂ ਦੀ ਅਵਸਥਾ ਤੇ ਪਹੁੰਚਾ ਦੇ ਤੇਰੇ ਨਾਮ ਅਵਿਲਾੰਭ ਬਹੁਤ ਜਨ ਉਧਰੇ ਨਾਮੇ ਕੀ ਨਿਜਮਤ ਇਹ ਹੈ ਕਹਿੰਦੇ ਨੇ ਹੈ ਆਕਾਲਪੁਰਖ ਵਾਹਿਗੁਰੂ ਮੇਰੀ ਮੈਨੂੰ ਇਹ ਲੱਗਦਾ ਵਾ ਕਿ ਤੇਰੇ ਨਾਮ ਦੇ ਨਾਲ ਨਾ ਬੜੇ ਉਧਰ ਚੁੱਕੇ ਨੇ ਬੜੇ ਕਰੇ ਨਾਮ ਦੇ ਆਸਰੇ ਜਿਹੜੇ ਨੇ ਉਹਨਾਂ ਦਾ ਉਧਾਰ ਹੋ ਚੁੱਕਾ ਹੈ ਤੇ ਤੂੰ ਕਿਰਪਾ ਕਰ ਮੈਨੂੰ ਇਹ ਉਹਨਾਂ ਅਵਸਥਾ ਤੇ ਪਹੁੰਚਾ ਦੇ ਜਿੱਥੇ ਜਿੱਥੇ ਤੇਰੇ ਭਗਤ ਪਿਆਰੇ ਪਹੁੰਚ ਨੇ ਜਿਸ ਅਵਸਥਾ ਦੇ ਉੱਤੇ ਗੁਰੂ ਪਿਆਰੀ ਸਾਹਾ ਸੰਗਤ ਜੀ ਉਹ ਅਵਸਥਾ ਕੋਈ ਬਿਆਨ ਨਹੀਂ ਕਰ ਸਕਦਾ ਗੁਰਨਾਨਕ ਸਾਹਿਬ ਜੀ ਨੇ ਵੀ ਆਖਿਆ ਹੈ ਮੰਨਿ ਕੀ ਗਤ ਕਹੀ ਨਾ ਜਾਏ ਜੇ ਕੋ ਕਹਾ ਪਛਾ ਪਛਤਾਏ ਸੋ ਗੁਰੂ ਪਿਆਰਿਓ ਉਹ ਜਿਹੜੀ ਅਵਸਥਾ ਹੈ ਉਹ ਬੜੀ ਉੱਚੀ ਹੈ ਕੋਈ ਬਿਆਨ ਨਹੀਂ ਕਰ ਸਕਦਾ ਇਹ ਫਿਰ ਉਸ ਅਵਸਥਾ ਦਾ ਪਤਾ ਕਿਵੇਂ ਲੱਗਦਾ ਹੈ ਗੁਰੂ ਪਿਆਰਿਓ ਗੁਰਨਾਨਕ ਸਾਹਿਬ ਜੀ ਨੇ ਵੀ ਜਪਜੀ ਸਾਹਿਬ ਦੇ ਅੰਦਰ ਕਿਰਪਾ ਕੀਤੀ ਹੈ ਜੇ ਕੋ ਮੰਨ ਜਾਣਾ ਮਨ ਕੋਏ ਗੁਰੂ ਪਿਆਰੀ ਸਾ ਸੰਗੇ ਜੀ ਜੇ ਕੋਈ ਇਸ ਅਵਸਥਾ ਤੇ ਆਪ ਪਹੁੰਚਿਆ ਹੈ ਉਹੀ ਇਸ ਅਵਸਥਾ ਬਾਰੇ ਜਾਣਦਾ ਹੈ ਪਰ ਅਸਲ ਵਿੱਚ ਉਸ ਉਹ ਵੀ ਉਸ ਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਜਿਵੇਂ ਗੁੰਗਾ ਮਠਿਆਈ ਖਾ ਕੇ ਕੁਝ ਬਿਆਨ ਨਹੀਂ ਕਰ ਸਕਦਾ ਉਸ ਨੂੰ ਸਵਾਦ ਤਾਂ ਆਉਂਦਾ ਹੈ ਤਿਵੇਂ ਹੀ ਨਾਮ ਦਾ ਸਵਾਦ ਗੁਰੂ ਪਿਆਰਿਓ ਨਾਮ ਜਪਿਆ ਹੀ ਆਉਂਦਾ ਹੈ ਜਿਹੜਾ ਨਾਮ ਦੇ ਵਿੱਚ ਅਤ ਦਾ ਲੀਨ ਹੋਇਆ ਹੈ ਉਸ ਨੂੰ ਹੀ ਆਉਂਦਾ ਹੈ ਮੇਰੇ ਵਰਗਾ ਬਾਦੀ ਬੰਦਾ ਕੋਈ ਉਸ ਨੂੰ ਬਿਆਨ ਨਹੀਂ ਕਰ ਸਕਦਾ ਨਾ ਹੀ ਉਸ ਦਾ ਸਵਾਦ ਮਾਨ ਸਕਦਾ ਹੈ ਮੇਰੇ ਵਰਗੇ ਤਰਕ ਤੇ ਕਰਨਗੇ بڑے ਵੱਡੇ ਵੱਡੇ ਤਰਕ ਲੈ ਕੇ ਆਉਣਗੇ ਕਿ ਉਹ ਹੋ ਗਿਆ ਜੇ ਹੋ ਗਿਆ ਇਹ ਨਾਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ بڑے ਤਰਕ ਕਰਨ ਵਾਲੇ ਮਿਲਣਗੇ ਗੁਰੂ ਪਿਆਰੋ ਮੇਰੇ ਵਰਗੇ ਪਰ ਅਸਲ ਪਿਆਰੇ ਭਗਤੋਂ ਨੇ ਅਸਲ ਸਵਾਦ ਉਹੀ ਜਾਣਦੇ ਨੇ ਜਿਨ੍ਹਾਂ ਨੇ ਨਾਮ ਜਪਿਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਕਾਲ ਪੁਰਖ ਦਾ ਨਾਮ ਹੀ ਸਾਨੂੰ ਇਸ ਸੰਸਾਰ ਸਾਗਰ ਤੋਂ ਤਾਰ ਸਕਦਾ ਹੈ ਇਹ ਭਗਤ ਨਾਮਦੇਵ ਜੀ ਇਸ ਸ਼ਬਦ ਦੇ ਵਿੱਚ ਸਮਝਾਉਣਾ ਚਾਹੁੰਦੇ ਨੇ ਅਕਾਲ ਪੁਰਖ ਨਾਲ ਗੁਰੂ ਪਿਆਰਿਓ ਗੱਲਾਂ ਕਰਦੇ ਨੇ ਏਡੀ ਉੱਚੀ ਅਵਸਥਾ ਹੈ ਭਗਤ ਸਹਿਬਾਨ ਦੀ ਸੋ ਗੁਰੂ ਪਿਆਰਿਓ ਹੋਈਆਂ ਨੇ ਕਾ ਪ੍ਰਕਾਰ ਦੀਆਂ ਭੁੱਲਾਂ ਦੀ ਸਾਤ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਖਿਮਾ ਕਰਨ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ